ਪੰਜਾਬੀ 뮤직 ਇੰਡਸਟਰੀ ਦਾ ਉਹ ਸਿੰਗਰ ਜਿਸ ਦਾ ਗਾਇਆ ਹੋਇਆ ਗਾਣਾ ਸਖੀਆਂ ਲੋਕਾਂ ਦੇ ਸਿਰ ਚੜ ਕੇ ਬੋਲਿਆ। ਜੀ ਹਾਂ, ਮੈਂ ਗੱਲ ਕਰ ਰਿਹਾ ਮਨਿੰਦਰ ਬੁੱਟਰ ਦੀ। ਮਨਿੰਦਰ ਬੁੱਟਰ ਲੈ ਕੇ ਆ ਰਿਹਾ ਆਪਣਾ ਨਵਾਂ ਟਰੈਕ ਜਿਸ ਦਾ ਨਾਮ ਹੈ ਜਮੀਲਾ। ਮਨਿੰਦਰ ਬੁੱਟਰ ਨੇ ਆਪਣੇ ਇਸ ਨਵੇਂ ਆਉਣ ਵਾਲੇ ਟਰੈਕ ਦੀ ਇਨਫੋਰਮੇਸ਼ਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇਸ ਟਰੈਕ ਦੀ ਫਸਟ ਲੁੱਕ ਨੂੰ ਸ਼ੇਅਰ ਕਰਕੇ ਦਿੱਤੀ ਹੈ। ਇਸ ਟਰੈਕ ਦੀ ਫਸਟ ਲੁੱਕ ਨੂੰ ਸ਼ੇਅਰ ਕਰਦਿਆਂ ਮਨਿੰਦਰ ਬੁੱਟਰ ਲਿਖਦੇ ਹੈ, ਉਹ ਜਮੀਲਾ ਬਹੁਤ ਜਲਦ ਆਏਗਾ। ਦੱਸ ਦਈਏ ਤੁਹਾਨੂੰ ਕਿ ਮਨਿੰਦਰ ਬੁੱਟਰ ਦੇ ਇਸ ਗਾਣੇ ਦੇ ਬੋਲ ਲਿਖੇ ਨੇ ਬੱਬੂ ਨੇ, ਇਸ ਗਾਣੇ ਦਾ ਮਿਊਜ਼ਿਕ ਕੀਤਾ ਹੈ ਮਿਕ ਸਿੰਘ ਨੇ ਤੇ ਇਸ ਗਾਣੇ ਦੀ ਵੀਡੀਓ ਨੂੰ ਡਾਇਰੈਕਟ ਕਰ ਰਹੇ ਨੇ ਰੌਬੀ ਸਿੰਘ। ਹਾਲਾਂਕਿ ਮਨਿੰਦਰ ਬੁੱਟਰ ਨੇ ਆਪਣੇ ਇਸ ਨਵੇਂ ਆਉਣ ਵਾਲੇ ਗਾਣੇ ਜਮੀਲਾ ਦੀ ਕੋਈ ਰਿਲੀਜ਼ ਡੇਟ ਤਾਂ ਰਿਵੀਲ ਨਹੀਂ ਕੀਤੀ ਹੈ, ਪਰ ਹੁਣ ਦੇਖਣਾ ਇਹ ਹੋਏਗਾ ਕਿ ਮਨਿੰਦਰ ਬੁੱਟਰ ਦੇ ਇਸ ਗਾਣੇ ਨੂੰ ਸਖੀਆਂ ਗਾਣੇ ਵਕਤ ਪਿਆਰ ਮਿਲ ਪਾਏਗਾ ਕਿ ਨਹੀਂ। ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਅਤੇ ਨਵੇਂ ਅਤੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ।